स्परिचुअल वेलफेयर सोसाइटी की ओर से प्रत्येक माह के पहले सप्ताह में लगभग 2000 के करीब विधवा अंगहीन और जरूरतमंद परिवारों को पूरे महीने का राशन दिया जाता है राशन की सेवा करते समय सोसाइटी की ओर से जात पात धर्म मजहब और भेदभाव से ऊपर उठकर सबको एक समान देखा जाता है ये राशन की सेवा जरूरतमंद परिवारों को सारी उम्र दी जाएगी इस संबंध में जानकारी देते हुए प्रधान जतेंदर गौरव मसीह ने कहा की सोसाइटी 10 वर्षों से लगातार राशन की सेवा कर रही है और आगे भी यह सेवा लगातार जारी रहेगी उन्होंने कहा कि जरूरतमंद परिवार उनके दिए गए मोबाइल नंबर सात सात एक सात दो नौ दो आठ 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 पर संपर्क कर सकते हैं उन्होंने कहा कि सोसाइटी द्वारा हर माह दो गरीब लड़कियों के विवाह के अवसर पर भी राशन की सेवा की जाती है जालंधर से पंकज शर्मा की रिपोर्ट सारण मेरे वालों वेलफेयर ਕੋਈ 1500 ਤੋਂ 2000 ਪਰਿਵਾਰਾਂ ਨੂੰ ਰਾਸ਼ਨ ਦਿੱਤਾ ਜਾ ਰਿਹਾ ਔਰ ਹਰ ਮਹੀਨੇ ਜਿਹੜੀ ਇਹ ਸੇਵਾ ਸੀ ਕਰਦੇ ਆ ਸਾਡੇ ਮਦਰ ਨੇ ਜਿਹੜੇ ਇਥੋਂ ਸਪੈਸ਼ਲ ਵੈਲਫੇਅਰ ਸੁਸਾਇਟੀ ਦੇ ਓਨਰ ਨੇ ਇਹਨਾਂ ਦੀ ਡਿਜ਼ਾਇਰ ਹੈ ਇਹਨਾਂ ਨੂੰ ਇੱਕ ਸ਼ੌਂਕ ਹੈ ਇਹਨਾਂ ਨੂੰ ਇੱਕ ਪਰਮੇਸ਼ਵਰ ਵੱਲੋਂ ਦਿੱਤੀ ਹੋਈ ਸੇਵਾ ਵਾ ਵੀ ਜਿੰਨੇ ਵੀ ਸਾਡੇ ਲੋੜਵੰਦ ਗਰੀਬ ਪਰਿਵਾਰ ਨੇ ਉਹ ਚਾਹੇ ਕਿਸੇ ਵੀ ਕੌਮ ਨੂੰ ਬਿਲੋਂਗ ਕਰਦੇ ਹੋਣ ਕਿਸੇ ਵੀ ਕਮਿਊਨਿਟੀ ਨੂੰ ਬਿਲੋਂਗ ਕਰਦੇ ਹੋਣ ਸਾਨੂੰ ਉਹਨਾਂ ਕੋਈ ਮਤਲਬ ਨਹੀਂ ਆ ਬੇਸ਼ੱਕ ਸਾਡੀ ਕੋਈ ਚਰਚ ਆਉਂਦਾ ਹੋਵੇ ਜਾਂ ਨਾ ਆਉਂਦਾ ਹੋਵੇ ਸਾਨੂੰ ਜਿਹੜੇ ਲੋੜਵੰਦ ਪਰਿਵਾਰ ਨੇ ਅਸੀਂ ਉਹਨਾਂ ਦੀ ਸੇਵਾ ਕਰਦੇ ਆਂ ਔਰ ਇਹ ਬਹੁਤ ਲੰਮੇ ਸਮੇਂ ਤੋਂ ਇਹ ਕੰਮ ਚੱਲ ਰਿਹਾ ਸੇਵਾ ਵਾਲਾ ਔਰ ਇਹ ਲਾਈਫਟਾਈਮ ਅਸੀਂ ਰਾਸ਼ਨ ਦਿੰਦੇ ਆਂ ਜਿਹੜੇ ਪਰਿਵਾਰ ਨੇ ਇੱਕ ਵਾਰੀ ਸਾਨੂੰ ਨੋਟ ਕਰਵਾਤਾ ਵੀ ਸਾਨੂੰ ਰਾਸ਼ਨ ਦੀ ਲੋੜ ਆ ਔਰ ਉਹਨਾਂ ਨੂੰ ਅਸੀਂ ਜਿਹੜਾ ਰਾਸ਼ਨ ਦਿੰਨੇ ਹੁਣ ਤੁਹਾਡੇ ਸਾਹਮਣੇ ਆਪਾਂ ਬਾਹਰ ਬੈਠੇ ਸਾਂ ਇੱਕ ਸਾਡੇ ਭਰਾ ਸੀ ਉਹਨਾਂ ਨੇ ਆਪਣੀ ਟੈਸਟਮਨੀ ਦੱਸੀ ਵੀ ਮੈਂ ਦਬਾਈ ਦੇ ਵਿੱਚ ਗੱਡੀ ਚਲਾਉਣਾ ਸਾਂ ਗੱਡੀ ਚਲਾਉਂਦੇ ਜਦੋਂ ਮੈਂ ਇੰਡੀਆ 'ਚ ਆ ਗਿਆ ਮੇਰੇ ਇੱਥੇ ਐਕਸੀਡੈਂਟ ਹੋ ਗਿਆ ਮੈਂ ਭੀਖ ਮੰਗ ਲਾ ਪਿਆ ਔਰ ਜਦੋਂ ਮੈਨੂੰ ਪਤਾ ਲੱਗਾ ਬੀ ਸਪਿਰਚੁਅਲ ਵੈਲਫਰ ਸੋਸਾਇਟੀ ਕੋਈ ਪੰਜਾਬ ਚ ਹੈਗੀ ਆ ਇੰਡੀਆ ਚ ਹੈਗੀ ਆ ਜਿਹੜੀ ਗਰੀਬ ਲੋਕਾਂ ਦੀ ਇਹ ਸਾਰ ਲੈਂਦੀ ਆ ਉਹ ਫਿਰ ਸਾਡੇ ਕੋ ਜਦੋਂ ਆਏ ਉਹ ਇੱਥੇ ਆ ਕੇ ਮਿਲੇ ਉਹਨਾਂ ਨੇ ਆਪਣੇ ਬਾਰੇ ਦੱਸਿਆ ਔਰ ਸਾਡੇ ਮਦਰ ਜੀ ਨੇ ਉਸੇ ਟਾਈਮ ਨਾਲ ਦੇ ਨਾਲ ਉਹਨਾਂ ਦਾ ਰਾਸ਼ਨ ਲਾ ਦਿੱਤਾ ਗਿਆ ਔਰ ਅੱਜ 2 ਮਹੀਨੇ ਹੋ ਗਏ ਉਹਨਾਂ ਰਾਸ਼ਨ ਲੈਂਦੇ ਔਰ ਲਾਈਫ ਟਾਈਮ ਜਿਹੜਾ ਉਹਨਾਂ ਨੂੰ ਰਾਸ਼ਨ ਮਿਲੇਗਾ ਇਹ ਸਾਰੇ ਜਿਹੜੇ ਤੁਸੀਂ ਪਰਿਵਾਰ ਸਾਰੇ ਵੇਖ ਰਹੇ ਹੋ ਇਹ ਸਾਰੇ ਲੋੜਵੰਦ ਪਰਿਵਾਰ ਨੇ ਇਹ ਸਾਰੇ ਉਹ ਸਾਡੇ ਪਰਿਵਾਰ ਨੇ ਜਿਨ੍ਹਾਂ ਨੂੰ ਵਾਕੇ ਲੋੜ ਆ ਰਸਨ ਦੀ ਔਰ ਪੂਰੇ ਮਹੀਨੇ ਭਰ ਦਾ ਰਸਨ ਅਸੀਂ ਦੇਨੇ ਆ ਇਹ ਚ ਹਰ ਇੱਕ ਚੀਜ਼ ਜਿਹੜੀ ਆ ਲੋੜਮੰਦ ਜਿਹੜੀ ਆਪਣੇ ਲੋੜ ਦੀ ਮੁਤਾਬਕ ਜਿਹੜੀ ਕੋਈ ਚੀਜ਼ ਹੁੰਦੀ ਆ ਉਹ ਸਾਰੀ ਦਿੱਤੀ ਜਾਂਦੀ ਆ ਦੇਖੋ ਮੈਂ ਪਿਛਲੀ ਵਾਰ ਵੀ ਤੁਹਾਡੇ ਮੱਧਮ ਰਾਈ ਇੱਕ ਨੰਬਰ ਦਿੱਤਾ ਸੀ ਆਪਣਾ ਰਸਨ ਦਾ ਮੈਂ ਤੁਹਾਨੂੰ ਅੱਜ ਫੇਰ ਉਹ ਦੇ ਰਿਆਂ ਉਹ ਮੇਰੇ ਜਿਹੜੇ ਲੋੜਮੰਦ ਗਰੀਬ ਪਰਿਵਾਰ ਨੇ ਸਾਡੇ ਉਹ ਰਸਨ ਲੈਨ ਲਈ ਨੰਬਰ ਨੂੰ ਨੋਟ ਕਰ ਲੈਣ ਔਰ ਇਹ ਕਾਰਵਾ ਇਹਦਾ ਵਾਧਾ ਜਾਏਗਾ ਮੈਂ ਨੰਬਰ ਤੁਹਾਡੇ ਮੱਧਮਮ ਰਾਇਨ ਦੇ ਰਿਹਾ 771729288 ਮੈਂ ਕੁਵਰੀ ਫੇਰ ਰਿਪੀਟ ਕਰ ਰਿਹਾ 771729288 ਇਸ ਨੰਬਰ ਤੇ ਕੋਲ ਕਰਕੇ ਕਿਸੇ ਵੀ ਕਮਿਊਨਿਟੀ ਨੂੰ ਕੋਈ ਬਿਲੋਂਗ ਕਰਦਾ ਹੋਵੇ ਕਿਸੇ ਵੀ ਧਰਮ ਨੂੰ ਬਿਲੋਂਗ ਕਰਦਾ ਹੋਵੇ ਕੋਈ ਮੈਟਰ ਨਹੀਂ ਕਰਦਾ ਸਾਡਾ ਪਰਿਵਾਰ ਬਸ ਲੋੜਮੰਦ ਹੋਣਾ ਚਾਹੀਦਾ ਉਹ ਜਿਹੜਾ ਵਾ ਇੱਥੇ ਆ ਕੇ ਰਾਸ਼ਨ ਲੈ ਸਕਦਾ